ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਸਾਰਿਆਂ ਦੇ? ਆਈ ਹੋਪ ਘਰ ਨਾਲ ਸਾਰੇ ਵਧੀਆ ਹੋਣਗੇ। ਅਤੇ ਬਾਕੀ ਵਲੌਗ ਕਾਫੀ ਟਾਈਮ ਬਾਅਦ ਆ ਰਿਹਾ ਹੈਗਾ ਗਾ, ਅਤੇ ਵਲੌਗ ਤਾਂ ਵੈਸੇ ਤੁਸੀਂ ਥੰਬਨੇਲ ਤੋਂ ਵੇਖ ਹੀ ਲਿਆ ਹੋਊਗਾ ਕਿੱਥੋਂ ਦਾ ਵਲੌਗ ਆ। ਵਲੌਗ ਆਪਾਂ ਇਸ ਟਾਈਮ ਆਪਾਂ ਚੱਲੇ ਹੈਗੇ ਹਾਂ ਮਿੱਤਲ ਮੌਲ, ਵੇਖਦੇ ਹਾਂ ਲੋਕਡਾਊਨ ਤੋਂ ਬਾਅਦ ਵੀ ਕਿੱਦਾਂ ਦਾ ਮਾਹੌਲ ਆ ਮਿੱਤਲ ਮੌਲ ਦੇ ਵਿੱਚ। ਅਤੇ ਬਾਕੀ ਹੁਣ ਵਲੌਗ ਆ ਜਿਹੜਾ ਉਹ ਕਾਫੀ ਦੇਰ ਤੋਂ ਆ ਰਿਹਾ ਹੈਗਾ ਗਾ, ਇਹਦੇ ਪਿੱਛੇ ਥੋੜ੍ਹੇ ਥੋੜ੍ਹੇ ਛੋਟੇ ਛੋਟੇ ਜਿਹੇ ਕਾਰਨ ਆ ਗਾਈਜ਼। ਇੱਕ ਤਾਂ ਹੈਗਾ ਕਿ ਫੋਨ ਟੁੱਟ ਗਿਆ ਸੀਗਾ, ਛੋਟਾ ਜਿਹਾ ਕਾਰਨ ਉਹਨਾਂ 'ਚੋਂ ਇਹ ਵੀ ਆ। ਅਤੇ ਬਾਕੀ ਦੇ ਜਿਹੜੇ ਛੋਟੇ ਛੋਟੇ ਕਾਰਨ ਆ, ਜੇ ਨਾ ਦੱਸੀਏ ਤਾਂ ਕਹਿ ਲਓ ਠੀਕ ਹੀ ਆ। ਅਤੇ ਸਪੋਰਟ ਕਰਿਓ ਗਾਈਜ਼ ਇਸ ਵੀਡੀਓ ਨੂੰ, ਅਤੇ ਚੈਨਲ ਜ਼ਰੂਰ ਕਰਿਓ ਸਬਸਕ੍ਰਾਈਬ। ਅਤੇ ਬਾਕੀ ਆ ਜਾਓ ਚੱਲਦੇ ਹਾਂ ਅਤੇ ਦੇਖਦੇ ਹਾਂ ਕੀ ਮਾਹੌਲ ਆ ਮਿੱਤਲ ਮੌਲ ਦੇ ਵਿੱਚ। ਬਿਗ ਬਾਜ਼ਾਰ ਖੁੱਲ੍ਹਿਆ ਹੈਗਾ, ਕੀ ਚੀਜ਼ਾਂ ਬਣਦਾ, ਕੀ ਚੀਜ਼ਾਂ ਖੁੱਲ੍ਹ ਗਈਆਂ, ਅਤੇ ਵੇਖਦੇ ਹਾਂ। ਅਤੇ ਕਰਾਊਡ ਕਾਫੀ ਜ਼ਿਆਦਾ ਹੈ, ਵੈਸੇ ਲੋਕਡਾਊਨ ਤੋਂ ਬਾਅਦ ਲੱਗਦਾ ਨਹੀਂ ਸੀਗਾ ਇੰਨਾ ਹੋਊਗਾ। ਅਤੇ ਵੇਖਦੇ ਹਾਂ, ਬਾਕੀ ਚੈਕਿੰਗ ਤਾਂ ਚੱਲਦੀ, ਜਦੋਂ ਅੰਦਰ ਜਾਂਦੇ ਫੀਵਰ ਜਾਂ ਫੀਵਰ ਵਗੈਰਾ ਚੈੱਕ ਕਰਦੇ ਹੈਗੇ ਆ। ਬਾਕੀ ਕਰਾਊਡ ਤੁਸੀਂ ਚੈੱਕ ਕਰੋ ਇੱਕ ਵਾਰੀ, ਕਰਾਊਡ ਕਿੰਨਾ ਜ਼ਿਆਦਾ ਆ ਉੱਥੇ।